ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਹੈ। 10 ਦਿਨਾਂ ਤੋਂ ਕੇਂਦਰੀ ਜੇਲ੍ਹ ਪਟਿਆਲਾ 'ਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਸੰਬੰਧੀ ਖਬਰ ਦਾ ਪੰਜਾਬ ਸਰਕਾਰ ਨੇ ਨੋਟਿਸ ਲਿੱਤਾ, ਜਿਸ ਦੇ ਤਹਿਤ ਹੁਣ ਮਜੀਠੀਆ ਦੀ ਮੁਲਾਕਾਤ ਵੀ ਜੇਲ੍ਹ ਵਿਚਾਲੇ ਹੋਰ ਬੰਦੀ ਹਵਾਲਾਤੀਆਂ ਵਾਂਗ ਹਫ਼ਤੇ 'ਚ ਦੋ ਵਾਰ ਹੀ ਕਰਾਉਣ ਦੀ ਤਕਰੀਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜੇਲ੍ਹ ਨਿਯਮਾਂ ਦੇ ਮੁਤਾਬਕ ਕੈਦੀ ਦੀ ਇੱਕ ਹਫ਼ਤੇ ਵਿੱਚ ਸਿਰਫ ਇੱਕ ਦਿਨ, ਜਦਕਿ ਹਵਾਲਾਤੀ ਦੀ ਜਿਸ ਦਾ ਕੇਸ ਅਜੇ ਸੁਣਵਾਈ ਅਧੀਨ ਹੋਵੇ ਹਫ਼ਤੇ ਵਿੱਚ ਦੋ ਵਾਰ ਮੁਲਾਕਾਤ ਕਰਵਾਈ ਜਾਣ ਦੀ ਵਿਵਸਥਾ ਹੈ। ਪਰ ਮਜੀਠੀਆ ਦੇ ਮਾਮਲੇ 'ਚ ਇਹਨਾਂ ਨਿਯਮਾਂ ਦੇ ਉਲਟ ਤਕਰੀਬਨ ਰੋਜ਼ਾਨਾ ਹੀ ਮੁਲਾਕਾਤਾਂ ਕਰਵਾਈਆਂ ਜਾ ਰਹੀਆਂ ਨੇ। ਪ੍ਰਾਪਤ ਜਾਣਕਾਰੀ ਦੇ ਅਨੁਸਾਰ 24 ਫਰਵਰੀ ਰਾਤ ਨੂੰ ਪਟਿਆਲਾ ਜੇਲ੍ਹ ਲਿਆਂਦੇ ਗਏ ਮਜੀਠੀਆ ਨਾਲ ਅਗਲੇ ਹੀ ਦਿਨ 25 ਫਰਵਰੀ ਨੂੰ ਸਾਬਕਾ ਮੰਤਰੀ ਸਰਜੀਤ ਰੱਖੜਾ ਸਮੇਤ ਕੁਝ ਹੋਰਾਂ ਨੇ ਮੁਲਾਕਾਤ ਕੀਤੀ। 26 ਤੇ 27 ਨੂੰ ਸ਼ਨੀਵਾਰ ਅਤੇ ਐਤਵਾਰ ਹੋਣ ਕਰਕੇ ਮੁਲਾਕਾਤ ਦੀ ਵਿਵਸਥਾ ਨਾ ਹੋਣ ਸਕਣ ਕਰਕੇ ਕਿਸੇ ਦੀ ਮੁਲਾਕਾਤ ਨਹੀਂ ਹੋ ਸਕੀ। ਫਿਰ 28 ਫਰਵਰੀ ਤੋਂ 2 ਮਾਰਚ ਤੱਕ ਲਗਾਤਾਰ 3 ਦਿਨ ਬੀਬੀ ਜਗੀਰ ਕੌਰ, ਸੁਖਬੀਰ ਸਿੰਘ ਬਾਦਲ, ਹਰਸਿਮਰ ਕੌਰ ਬਾਦਲ ਸਮੇਤ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹੋਰ ਅਕਾਲੀ ਆਗੂਆਂ ਵੱਲੋਂ ਵੱਖ ਵੱਖ ਦਿਨ ਮੁਲਾਕਾਤ ਕੀਤੀਆਂ ਗਈਆਂ। ਇਸ ਸੰਬੰਧੀ ਪੰਜਾਬੀ ਟ੍ਰਿਬਿਊਨ ਵੱਲੋਂ 3 ਮਾਰਚ ਦੇ ਅੰਕ ਵਿੱਚ ਖਬਰ ਪ੍ਰਕਾਸ਼ਿਤ ਕੀਤੀ ਗਈ। ਸੂਤਰਾਂ ਤੋਂ ਪਤਾ ਲੱਗਿਆ ਕਿ ਇਸ ਖਬਰ ਰਾਹੀਂ ਮਾਮਲਾ ਸਾਹਮਣੇ ਆਉਣ 'ਤੇ ਸਰਕਾਰ ਨੇ ਜੇਲ੍ਹ ਅਧਿਕਾਰੀਆਂ ਨੂੰ ਨਿਰਧਾਰਿਤ ਨਿਯਮਾਂ ਦੇ ਤਹਿਤ ਮੁਲਾਕਾਤਾਂ ਕਰਾਉਣ ਦੀ ਤਕਰੀਰ ਕੀਤੀ ਹੈ। ਜੇਲ੍ਹ ਦੇ ਕੁਝ ਉੱਚ ਅਧਿਕਾਰੀਆਂ ਨੇ ਆਪਣਾ ਨਾਮ ਛੁਪਾਉਣ ਦੀ ਸ਼ਰਤ 'ਤੇ ਇਹ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਦੌਰਾਨ ਆਖਿਆ ਗਿਆ ਕਿ ਬਹੁਤ ਜ਼ਰੂਰੀ ਹੋਣ 'ਤੇ ਹੀ ਹਫ਼ਤੇ 'ਚ 2 ਜਾਂ 2 ਤੋਂ ਵੱਧ ਮੁਲਾਕਾਤਾਂ ਕਰਵਾਈਆਂ ਜਾਣਗੀਆਂ। ਪਟਿਆਲਾ ਜੇਲ੍ਹ ਸੁਪਰੀਡੈਂਟ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। 2 ਮਾਰਚ ਤੋਂ ਬਾਅਦ ਬਿਕਰਮ ਮਜੀਠੀਆ ਦੀ ਕੋਈ ਮੁਲਾਕਾਤ ਨਹੀਂ ਹੋਈ ਹੈ।